ਕਰਮਜੀਤ ਸਿੰਘ ਔਜਲਾ ਦੀ ਕਹਾਣੀ ਨੂੰ ਸੱਸ ਦਾ ਹਾਨ ਦਿਲ ਸਭ ਸਵੇਰ ਦੀ ਸੈਰ ਤੋਂ ਵਾਪਸ ਆ ਕੇ ਵਾਰਾਂਡੇ 'ਚ ਪਈਆਂ ਬੈਂਤ ਦੀਆਂ ਚਾਰ ਕੁਰਸੀਆਂ 'ਚ ਉਹ ਇਕੱਤੇ ਆ ਬੈਠੇ 2-3 ਕਿਲੋਮੀਟਰ ਦੀ ਸੈਰ ਉਹਨਾਂ ਨੂੰ ਥਕਾ ਦਿੰਦੀ ਸੀ ਪਰ ਉਹ ਹਰ ਹੀਲੇ ਇਸ ਥਕਾਵਟ ਨੂੰ ਲੁਕਾਉਣ ਦਾ ਯਤਨ ਕਰਦੇ ਆਪਣੇ ਥੱਕੇ ਹੋਣ ਦੇ ਬਾਵਜੂਦ ਵੀ ਉਹ ਥਕਾਵਟ ਸਾਬਤ ਕਰਨ ਵਾਲਾ ਕੋਈ ਲਫ਼ਜ਼ ਜ਼ੁਬਾਨ 'ਤੇ ਨਾ ਲਿਆਉਂਦੇ ਉਹਨਾਂ ਦੀ ਸਮਝ ਅਨੁਸਾਰ ਇਹ ਜ਼ਰੂਰੀ ਸੀ ਉਹਨਾਂ ਦੀ ਪਹਿਲੀ ਪਤਨੀ ਗ੍ਰਸਥ ਜੀਵਨ 'ਚ ਸਿਰਫ 14 ਸਾਲਾਂ ਦਾ ਸਾਥ ਦੇ ਕੇ ਪੰਜਵੀਂ ਸੰਤਾਨ ਨੂੰ ਜਨਮ ਦੇਣ ਵਕਤ ਆਪਣਾ ਦਮ ਤੋੜ ਗਈ ਸੀ। ਉਸ ਵਕਤ ਦੇਵਲ ਸਾਹਿਬ ਦੀ ਉਮਰ ਸਿਰਫ 36 ਸਾਲ ਦੀ ਸੀ। 4 ਬੱਚੇ, 2 ਮੁੰਡੇ 2 ਕੁੜੀਆਂ ਉਹਨਾਂ ਦੀ ਗੰਭੀਰ ਜ਼ਿੰਮੇਵਾਰੀ ਸਨ। ਪੰਜਵੀਂ ਸੰਤਾਨ ਉਹਨਾਂ ਦੀ ਪਤਨੀ ਵਾਂਗ ਹੀ ਬਚ ਨਹੀਂ ਸੀ ਸਕੇ। ਮਹੀਨਾ ਸਵਾ ਮਹੀਨਾ ਘਰ 'ਚ ਮਾਤਮ ਛਾਇਆ ਰਿਹਾ। ਦੁੱਖ 'ਚ ਸ਼ਰੀਖ ਹੋਣ ਵਾਲੇ ਸਾਰੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੇ ਮਾਂ ਤੋਂ ਹੀਣੇ ਬੱਚਿਆਂ ਤੇ ਭਰਪੂਰ ਤਰਸ ਖਾਦਾ ਇਸ ਤਰਸ ਤੇ ਹਮਦਰਦੀ ਦੇ ਇਜ਼ਹਾਰ ਚ ਕਈ ਕੁਝ ਕਹਿੰਦੇ ਸੀ ਮਾਂ ਬਿਨਾਂ ਵਿਚਾਰੇ ਨਿਆਣੇ ਰੁੱਲ ਜਾਣਗੇ ਕਿਸੇ ਰਿਸ਼ਤੇਦਾਰ ਦੀ ਹਮਦਰਦੀ ਵਾਲੀ ਆਵਾਜ਼ ਸੁਣਦਾ ਵੱਡੀ ਕੁੜੀ 8 ਸਾਲਾਂ ਦੀ ਹੈ ਨਾ ਇੱਕ ਰਿਸ਼ਤੇਦਾਰ ਇਸਤਰੀ ਸਾਹਮਣੀ ਨੂੰ ਪੁੱਛ ਕੇ ਜਾਣਨ ਦਾ ਯਤਨ ਕਰਦੀ ਉਹ ਮਾਤਮ ਪੁਰਸੀ ਤੇ ਆਈਆਂ ਸੀ ਹਾਂ ਭੈਣ ਜੀ ਵਿਚਾਰੀ ਜੀਨੀਆਂ ਨੇ ਅਜੇ ਅੱਸੂ 6 ਸਾਲਾਂ ਦੀ ਹੋਣਾ ਠੰਡੇ ਸਾਰ ਨਾਲ ਹਮਦਰਦ ਰਿਸ਼ਤੇਦਾਰ ਉੱਤਰ ਦਿੰਦੀ ਸੀ ਤੇ ਛੋਟੇ ਨਿਆਣੇ ਅਗਲਾ ਸਵਾਲ ਪੁੱਛਿਆ ਜਾਂਦਾ ਕੀ ਪੁੱਛਦੇ ਹੋ ਭੈਣ ਜੀ ਰੱਬੀ ਕਹਿ ਟੁੱਟ ਪਿਆ ਦੂਸਰਾ ਮੁੰਡਾ ਹੈ 1.5 ਸਾਲ ਦਾ ਅਗਲਾ ਮੁੰਡਾ 3 ਸਾਲਾਂ ਦਾ ਸਭ ਤੋਂ ਛੋਟੀ ਕੁੜੀ ਹੈ ਪੌਣੇ 2 ਸਾਲ ਦੀ ਹੌਕਿਆਂ ਵਰਗੀ ਆਵਾਜ਼ ਤੇ ਸਾਰਾ ਵੇਰਵਾ ਤੇ ਸੂਚਨਾ ਪ੍ਰਸਤੁਤ ਹੋ ਗਈ ਸੀ ਬੱਚਿਆਂ 'ਚ ਬਹੁਤ ਥੋੜਾ ਫਰਕ ਹੈ 8 ਸਾਲਾਂ 'ਚ 5 ਬੱਚੇ ਕੁਝ ਦੂਰ ਦੀ ਰਿਸ਼ਤੇਦਾਰ ਨਹੀਂ ਕੋਲ ਦੀ ਰਿਸ਼ਤੇਦਾਰ ਨੂੰ ਹਿਸਾਬ ਲਾ ਕੇ ਫਿਰ ਪੁੱਛਿਆ ਸੀ हां ਭੈਣ ਜੀ 8 ਸਾਲਾਂ 'ਚ 5 ਬੱਚੇ ਦੇ ਦਿੱਤੇ ਸੀ ਰੱਬ ਨੇ ਤਾਂ ਪਰ ਉਹਦੀ ਮਰਜ਼ੀ ਪੰਜਵਾ ਦੇ ਕੇ ਖੋ ਵੀ ਲਿਆ ਨਹੀਂ ਤਾਂ ਕਰਤਾਰ ਸਿੰਘ ਦੇ ਤਿੰਨ ਮੁੰਡੇ ਹੋਣੇ ਸੀ ਦੱਸਣ ਵਾਲੀ ਕੋਲ ਦੀ ਰਿਸ਼ਤੇਦਾਰ ਜਿਹੜੀ ਦਿਉਲ ਸਾਹਿਬ ਨੂੰ ਕਰਤਾਰ ਸਿੰਘ ਕਹਿੰਦੀ ਹੁੰਦੀ ਸੀ ਨੇ ਕਰਤਾਰ ਸਿੰਘ ਦਿਉਲ ਦੇ ਜੰਮਦੇ ਹੀ ਮੁੰਡੇ ਦੇ ਮਰਨ ਤੇ ਦੁੱਖ ਪ੍ਰਗਟ ਕੀਤਾ ਮਰੇ ਮੁੰਡੇ ਦੀ ਮਰੀ ਮਾਂ ਦਾ ਜ਼ਿਕਰ ਉਸ ਨਹੀਂ ਸੀ ਕੀਤਾ ਵਿਚਾਰੇ ਗੁਰਦੀਪ ਕੌਰ ਵੀ ਤਾਂ ਮਰ ਗਈ ਸੁਣਨ ਵਾਲੀ ਦਿਉਲ ਸਾਹਿਬ ਦੀ ਪਤਨੀ ਪ੍ਰਤੀ ਆਪਣੇ دل ਚ ਦੁੱਖ ਭਰ ਕੇ ਬੋਲੀ ਉਹਦੇ ਅੰਦਰ ਗੁੱਸੇ ਵਰਗਾ ਕੁਝ ਉਮੜ ਰਿਹਾ ਸੀ ਉਹ ਤਾਂ ਜੀ ਕਰਦਾ ਉੱਥੇ ਬੈਠੀਆਂ ਸਭ ਜਨਨੀਆਂ ਨੂੰ ਆਖੇ ਗੁਰਦੀਪ ਕੌਰ ਮਰੀ ਥੋੜਾ ਉਹ ਤਾਂ ਮਰੀ ਗਈ ਹੈ 8 ਸਾਲਾਂ ਚ ਕਿਸੇ ਔਰਤ ਤੋਂ 5 ਬੱਚੇ ਜਮਵਾਏ ਜਾਣ ਤਾਂ ਬੱਚ ਵੀ ਕਿਵੇਂ ਸਕਦੀ ਹੈ ਉਹਦਾ ਦਿਲ ਔਰਤ ਪਰਤੀ ਅਨਿਆਂ ਕਰਕੇ ਵਿਦਰੋਹ ਵਾਲੇ ਗੁੱਸੇ ਨਾਲ ਭਰ ਗਿਆ ਸੀ ਉਹਨੇ ਸਿਆਣਪ ਨਾਲ ਕੰਮ ਲੈਨੇ ਆਪਣੇ ਗੁੱਸੇ ਤੇ ਰੋਸ ਨੂੰ ਕਾਬੂ ਚ ਰੱਖਿਆ ਤੇ ਬੋਲੀ ਕੁਝ ਨਾ ਕਰਤਾਰ ਸਿੰਘ ਦੀ ਕੋਈ ਸਾਲੀ ਹੈਗੀ ਐ ਇੱਕ ਆਵਾਜ਼ ਸਵਾਲ ਚ ਉਹਨੂੰ ਸੁਣਾਈ ਦਿੱਤੀ ਕਾਹਨੂੰ ਕੁਵਾਰੀ ਸਾਲੀ ਕੋਈ ਵੀ ਨਹੀਂ ਸਭ ਤੋਂ ਛੋਟੀ ਤਾਂ ਜਿਹੜੇ ਪਿਛਲੇ ਸਾਲ ਹੀ ਵਿਆਹ ਹੋਇਆ ਹੈ ਕੁਵਾਰੀ ਸਾਲੀ ਨਾ ਹੋਣ ਨੂੰ ਦਿਉਲ ਸਾਹਿਬ ਦੀ ਦੂਜੀ ਬਦਕਿਸਮਤੀ ਸਮਝਣ ਵਾਲੀ ਇੱਕ ਦਾਨੀ ਰਿਸ਼ਤੇਦਾਰ ਨੇ ਅਫਸੋਸ ਚ ਕਿਹਾ ਚਾਰ ਵਿਆਹੀਆਂ ਸਾਲੀਆਂ ਤਾਂ ਨਾ ਹੋਣ ਦੇ ਹੀ ਬਰਾਬਰ ਸੀ ਕੋਈ ਕੁਵਾਰੀ ਸਾਲੀ ਤਾਂ ਗੁਰਦੀਪ ਕੌਰ ਦੀ ਥਾਂ ਲੈ ਕੇ ਫਿਰ ਅੱਠ ਸਾਲਾਂ ਚ ਪੰਜ ਜਣੇ ਪੇ ਭੁੱਗ ਸਕਦੀ ਸੀ ਵਿਚਾਰੇ ਦਿਉਲ ਸਾਹਿਬ ਦੀ ਕਿਸਮਤੀ ਮਾੜੀ ਸੀ ਘਰ ਵਾਲੀ ਮਰ ਗਈ ਕੁਵਾਰੀ ਸਾਲੀ ਕੋਈ ਬਚੀ ਨਾ ਇਹ ਸਿਆਣੀਆਂ ਜਨਾਨੀਆਂ ਜ਼ਰੂਰ ਮਨ 'ਚ ਸੋਚਦੀਆਂ ਸੀ ਕਿ ਕੋਈ ਇਹੋ ਜੀ ਪਰੰਪਰਾ ਹੋਵੇ ਸਭ ਤੋਂ ਛੋਟੀ ਧੀ ਨੂੰ ਕੁਵਾਰੀ ਰੱਖਿਆ ਜਾਏ ਤਾਂ ਕਿ ਜਿਹੜੀ ਵੀ ਭੈਣ ਮਰ ਜਾਏ ਉਹਦੀ ਥਾਂ ਐਕਸਟਰਾ ਪਲੇਅਰ ਵਾਂਗ ਰੱਖੀ ਹੋਈ ਭੈਣ ਨੂੰ ਬਹਤਾ ਜਾਏ ਦਿਉਲ ਸਾਹਿਬ ਆਪਣੇ ਜੋੜਾਂ 'ਚੋਂ ਘਟ ਰਹੀ ਥਕਾਵਟ ਕਾਰਨ ਕੁਰਸੀ 'ਤੇ ਬੈਠੇ ਬੈਠੇ ਆਰਾਮ ਮਹਿਸੂਸ ਕਰ ਰਹੇ ਸੀ ਤਾਂ ਹੀ ਉਹਨਾਂ ਦੀ ਦੂਜੀ ਪਤਨੀ ਕੁਲਵੰਤ ਕੌਰ ਚਾਹ ਦਾ ਗਲਾਸ ਫੜੀ ਉਹਨਾਂ ਦੇ ਸਾਹਮਣੇ ਸੀ ਦੇਵਾਲ ਸਾਹਿਬ ਨੇ ਸ਼ੀਸ਼ੇ ਦਾ ਗਲਾਸ ਫੜਿਆ ਗਲਾਸ ਫੜਨ ਵਕਤ ਉਹਨਾਂ ਨੇ ਆਪਣੀਆਂ ਹਰਕਤਾਂ ਵਾਂ ਸਦਾ ਵਾਂਗ ਬੁੱਢਾ ਪੱਲ ਕੋਉਣ ਦੀ ਵਿਧੀ ਨਾਲ ਹੀ ਕੀਤੀਆਂ 64 ਸਾਲ ਦੀ ਉਮਰ 'ਚ ਦੇਵਾਲ ਸਾਹਿਬ ਦੇ ਅੰਦਾਜ਼ ਸਦਾ ਅਭੀ ਤੋਂ ਮੈਂ ਜਵਾਨ ਨੂੰ ਵਾਲੀ ਹੁੰਦੇ ਸਨ ਇਹਦੀ ਉਹਨਾਂ ਦੀ ਸਮਝ ਅਨੁਸਾਰ ਉਹਨਾਂ ਨੂੰ ਬਹੁਤ ਜ਼ਰੂਰਤ ਸੀ ਦੇਵਾਲ ਸਾਹਿਬ ਨੇ ਦੂਜੇ ਵਿਆਹ ਦੀ ਕੁਲਵੰਤ ਕੌਰ ਨੂੰ ਵੀ ਨਹੀਂ ਸੀ ਬਖਸ਼ਿਆ ਦੂਜੇ ਵਿਆਹ 'ਚ ਉਹ ਵੀ 4 ਬੱਚੇ ਸੀ ਤੇ ਸਭ ਤੋਂ ਛੋਟਾ ਮੁੰਡਾ ਉਹਨਾਂ ਦੇ ਪੋਤੇ ਤੋਂ ਸਿਰਫ 6 ਸਾਲ ਹੀ ਵੱਡਾ ਸੀ ਇਸ ਰਾਇ ਦੋਵੇਂ ਚਾਚਾ ਭਤੀਜਾ ਇਕੱਠੇ ਖੇਡਦੇ ਸੀ ਕਿਉਂਕਿ ਚਾਚੇ ਦੀ ਅਕਲ ਸੁਰਤ ਆਪਣੀ ਉਮਰ ਤੋਂ 4-5 ਸਾਲ ਪਿੱਛੇ ਸੀ ਤੇ ਭਤੀਜੇ ਦੀ ਇਸ ਤੋਂ ਉਲਟ 4 ਕੁ ਸਾਲ ਅੱਗੇ ਸੀ ਇਹ ਦੋਵੇਂ ਬੱਚੇ ਅਕਸਰ ਤਮਾਸ਼ੇ ਵਰਗੀ ਤੇ ਸ਼ਰਮਿੰਦਗੀ ਵਾਲੀ ਹਾਲਤ ਪੈਦਾ ਹੀ ਕਰ ਦਿੰਦੇ ਇਸ ਕਾਰਨ ਦਿਉਲ ਸਾਹਿਬ ਸ਼ਰਮਿੰਦੇ ਹੁੰਦੇ ਉਹਨਾਂ ਦਾ ਪਹਿਲੇ ਵਿਆਹ ਦਾ ਵੱਡਾ ਮੁੰਡਾ ਜੋ ਆਪ ਮੁੰਡਿਆਂ ਦਾ ਪਿਓ ਸੀ ਬੜੇ ਗੁੱਸੇ ਚ ਆਂਦਾ ਪਹਿਲਾਂ ਚੁੱਪ ਰਹਿੰਦਾ ਸੀ ਪਰ ਪਿੱਛੋਂ ਉਹਦਾ ਮੂੰਹ ਖੁੱਲ ਗਿਆ ਉਨੇ ਇੱਕ ਵਾਰ ਕਹਿ ਦਿੱਤਾ ਸੀ ਡੈਡੀ ਕੀ ਲੋਡ ਪਈ ਸੀ ਤੁਹਾਨੂੰ ਦੂਜਾ ਵਿਆਹ ਕਰਨ ਦੀ ਮੈਂ ਹੈਗਾ ਸੀ ਤੁਹਾਡੀ ਲੋਥ ਨੂੰ ਮੜੀਆਂ ਤੱਕ ਲਿਜਾਣ ਲਈ ਦਿਉਲ ਸਾਹਿਬ ਬਹੁਤ ਦੁਖੀ ਹੋਏ ਸੀ ਕੁਲਵੰਤਕੌਰ ਬੜਾ ਰੋਈ ਸੀ ਚਾਚੇ ਭਤੀਜੇ ਨੂੰ ਬੜੀ ਕੁੱਟ ਪਈ ਸੀ ਦਿਉਲ ਸਾਹਿਬ ਨੇ ਦੂਜਾ ਵਿਆਹ ਮੜੀਆਂ ਤੱਕ ਲੈ ਜਾਣ ਵਾਲੇ ਮੋਢਾ ਦੇਣ ਵਾਲਿਆਂ ਲਈ ਨਹੀਂ ਸੀ ਕੀਤਾ ਉਹਨਾਂ ਨੂੰ ਸਰੀਰਕ ਤੇ ਪਰਿਵਾਰਕ ਲੋਡ ਵੀ ਸੀ ਜੇ ਵਿਆਹ ਜੇ ਉਹ ਵਿਆਹ ਨਾ ਕਰਦੇ ਤਾਂ ਪਹਿਲੇ ਵਿਆਹ ਦੇ ਬੱਚੇ ਕਿਵੇਂ ਪੜਦੇ ਪੜਦੇ ਲਿਖਦੇ ਦੂਜੇ ਵਿਆਹ ਵੇਲੇ ਮੈਂ ਕੋਈ ਬੁੱਢਾ ਤਾਂ ਨਹੀਂ ਸੀ ਹੋ ਗਿਆ। ਇਹੋ ਹੀ ਦਲੀਲ ਦਿਉਲ ਸਾਹਿਬ ਦੇ ਮਨ ਤੋਂ ਕਸੂਰ ਦਾ ਭਾਰ ਉਤਾਰਦੀ। ਜਿਹੜਾ ਬੁੱਢਾ ਨਾ ਹੋਵੇ ਉਹਨੂੰ ਵਿਆਹ ਕਰਨ ਦਾ ਹੱਕ ਹੈ। ਤੇ ਵਿਆਹ ਹੋਇਆ ਤਾਂ ਬੱਚੇ ਤਾਂ ਹੋਣੇ ਹੀ ਸੀ। ਬੱਚੇ ਹੋਣ ਤੋਂ ਹੀ ਤਾਂ ਦਿਉਲ ਸਾਹਿਬ ਦੇ ਪਹਿਲੇ ਵਿਆਹ ਦਾ ਵੱਡਾ ਪੁੱਤਰ ਪਰੇਸ਼ਾਨ ਸੀ। ਉਹ ਹੀ ਸਭ ਤੋਂ ਵੱਧ ਪ੍ਰਭਾਵਿਤ ਸੀ। ਭੈਣਾਂ ਸਹੁਰੇ ਜਾ ਚੁੱਕੀਆਂ ਸੀ। ਸੱਕੀ ਮਾਂ ਦਾ ਇੱਕੋ ਇੱਕ ਪੁੱਤਰ ਭਰਾ ਆਮੀਂ ਚ ਕੈਪਟਨਸੀ ਆਪਣੇ ਪੁੱਤਰਾਂ ਦੇ ਹਾਣ ਦੇ ਆਪਣੇ ਮਤਰੀ ਭਰਾਵ ਨੂੰ ਅਕਸਰ ਸ਼ਰਮਿੰਦਗੀ ਵਿੱਚ ਹੀ ਪਾਈ ਰੱਖਦੇ। ਦਿਉਲ ਸਾਹਿਬ ਦੇ ਪਹਿਲੇ ਵਿਆਹ ਤੇ ਦੂਜੇ ਤਿੰਨ ਬੱਚੇ ਉਹਨਾਂ ਨਾਲ ਮਾੜਾ ਸਲੂਕ ਨਹੀਂ ਸੀ ਕਰਦੇ। ਉਹਨਾਂ ਨੂੰ ਮਾੜਾ ਸਲੂਕ ਕਰਨ ਦਾ ਮੌਕਾ ਹੀ ਨਹੀਂ ਸੀ ਮਿਲ ਸਕਦਾ ਕਿਉਂਕਿ ਧੀਆਂ ਸੋਹਰੇ ਤੇ ਦੂਜਾ ਮੁੰਡਾ ਆਪਣੀ ਨੌਕਰੀ ਤੇ ਉਹ ਨਾ ਕਦੇ ਆਪਣੇ ਮਤਰੀ ਭਰਾਵਾਂ ਤੋਂ ਸ਼ਰਮਿੰਦੇ ਤੇ ਪਰੇਸ਼ਾਨ ਹੋਏ ਤੇ ਨਾ ਹੀ ਕਦੇ ਉਹਨਾਂ ਦਿਉਲ ਸਾਹਿਬ ਨਾਲ ਮਾੜਾ ਸਲੂਕ ਕੀਤਾ। ਕੁਲਵੰਤ ਕੌਰ ਦਿਉਲ ਸਾਹਿਬ ਨੂੰ ਜ਼ਿਆਦਾ ਗਲਾਸ ਫੜਾ ਕੇ ਨਾਲ ਵਾਲੀ ਬੈਂਥ ਦੀ ਕੁਰਸੀ ਤੇ ਬਹਿ ਗਈ। ਦਿਉਲ ਸਾਹਿਬ ਚਾਹ ਪੀਂਦੇ ਰਹੇ। ਕਲਵੰਤਕੌਰ ਨਾਲ ਵੇਖ ਰਹੀ ਸੀ ਕਲਵੰਤਕੌਰ ਦਾ ਦਿਉਲਸਾ ਵੱਲ ਵੇਖਣਾ ਸੁਭਾਵਕੀ ਸੀ ਪਰ ਇਹ ਉਹਨਾਂ ਨੂੰ ਬੜਾ ਬੇਆਰਾਮ ਕਰ ਰਿਹਾ ਸੀ ਦਿਉਲਸਾਬ ਕਲਵੰਤਕੌਰ ਦੀ ਨਜ਼ਰ ਆਪਣੇ ਚਿਹਰੇ ਤੇ ਜੰਮੀ ਹੋਣ ਕਰਕੇ ਤਰਬਕ ਗਏ ਉਹਨਾਂ ਨੂੰ ਲੱਗਾ ਸ਼ਾਇਦ ਉਹਨਾਂ ਦੀ ਕਾਲੀ ਕੀਤੀ ਗਈ ਦਾੜੀ 'ਚ ਕੁਝ ਨੁਕਸ ਰਹਿ ਗਿਆ ਹੈ ਜਿਸ ਕਰਕੇ ਉਹਨਾਂ ਦੀ ਦੂਜੀ ਪਤਨੀ ਨੂੰ ਉਹਨਾਂ ਦੇ ਬੁਢਾਪੇ ਦੀ ਚੇਤਨਾ ਹੋ ਰਹੀ ਹੈ ਉਹ ਬਹੁਤ ਫਿਕਰਮੰਦ ਹੋ ਗਏ ਉਹ ਇੱਕਦਮ ਸ਼ੀਸ਼ੇ ਦੇ ਸਾਹਮਣੇ ਜਾ ਕੇ ਆਪਣੇ ਵਾਲਾਂ ਦੀ ਰੰਗਾਈ ਬਾਰੇ ਤਸੱਲੀ ਕਰਨਾ ਚਾਹੁੰਦੇ ਸਨ ਜੇ ਲੋੜ ਹੋਵੇ ਤਾਂ ਇਹ ਡਾਈ ਤਾਂ ਫੇਰ ਪ੍ਰਯੋਗ ਕੀਤਾ ਜਾਏ। ਉਚਾ ਵਿੱਚੇ ਛੱਡ ਕੇ ਸ਼ੀਸ਼ੇ ਦੇ ਸਾਹਮਣੇ ਨਹੀਂ ਜਾ ਸਕਦੇ ਕਿਉਂਕਿ ਫਿਰ ਕੁਲਵੰਤਕੌਰ ਕਈ ਸਵਾਲ ਪੁੱਛਦੀ। ਉਹਨਾਂ ਦੀ ਸਿਹਤ ਜੱਤ ਬੀਅਤ ਬਾਰੇ ਕੁਲਵੰਤਕੌਰ ਦੁਬਾਰਾ ਪੁੱਛੇ ਗਏ ਸਵਾਲ ਉਹਨਾਂ ਦੀ ਆਪਣੇ ਬੁਢਾਪੇ ਦੀ ਤਫ਼ਤੀਸ਼ ਵਾਂਗ ਲੱਗਦੇ। ਉਹ ਕੁਲਵੰਤਕੌਰ ਵੱਲ ਵੇਖਣ ਲੱਗ ਪਏ ਵੇਖਦੇ ਰਹੇ। ਉਹਨਾਂ ਨੂੰ ਲੱਗਾ ਕਿ ਕੁਲਵੰਤ ਤੇ ਉਹਨਾਂ ਦੀ ਨੂੰ ਹਾਣ ਦੀਆਂ ਹਨ। ਮਤਰਈ ਨੂੰ ਸੱਸ ਦਾ ਹਾਣ ਉਹਨਾਂ ਨੂੰ ਬਹੁਤ ਡਰਾਵਣਾ ਲੱਗਾ। ਦੇਵਲ ਸਾਹਿਬ ਨੇ ਵਾਲ ਰੰਗ ਕੇ ਲੰਮੀ ਸੈਰ ਕਰਕੇ ਜ਼ਰੂਰਤ ਹੁੰਦਿਆਂ ਵੀ ਖੁੰਡੀ ਨਾ ਵਰਤ ਕੇ ਆਪਣੇ ਪੁੱਤਰ ਦੀ ਹਾਣੀ ਬਣਨ ਦਾ ਯਤਨ ਸਦਾ ਕੀਤਾ ਸੀ ਪੁੱਤਰ ਦੀ ਹਾਣੀ ਦੱਸਣ ਦੀ ਉਹਨਾਂ ਨੂੰ ਲੋੜ ਸੀ ਕਿਉਂਕਿ ਉਹਨਾਂ ਦੇ ਦੂਜੇ ਵਿਆਹ ਦਾ ਸਭ ਤੋਂ ਛੋਟਾ ਤੇ ਵੱਡੇ ਪੁੱਤਰ ਦਾ ਸਭ ਤੋਂ ਪਹਿਲਾ ਮੁੰਡਾ ਲਗਭਗ ਹਾਨ ਦੇ ਹੀ ਸਨ ਉਹ ਸੱਸ ਦੇ ਹਾਨ ਤੋਂ ਬਹੁਤ ਡਰਦੇ ਸਨ ਤੇ ਪੁੱਤਰ ਦੀ ਹਾਣੀ ਦਿਖ ਦੇ ਬੜੇ ਅਬਿਲਾਖੀ ਸਨ ਸਭ ਕੁਝ ਉਹਨਾਂ ਦੀ ਇੱਛਾ ਤੋਂ ਉਲਟ ਹੋ ਰਿਹਾ ਸੀ ਉਹਨਾਂ ਨੂੰ ਆਪਣੀ ਕਮਰ 'ਚ ਮੋੜ ਪੈਂਦਾ ਲੱਗਾ ਤੇ ਹਾਣੀ ਰਹਿਣ ਦੀ ਯਤਨਾਂ ਤੋਂ ਨਿਰਾਸ਼ ਉਹਨਾਂ ਦੀ ਖੂੰਡੀ ਫੜ ਕੇ ਤੁਰਨ ਦੀ ਇੱਛਾ ਬਲਵੱਤੀ ਹੋ ਗਈ ਧੰਨਵਾਦ